ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਨਾਲ ਲੋਹਾ ਲੈਣ ਲਈ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਨਵੀਂ ਰਣਨੀਤੀ ਬਣਾਈ ਹੈ। ਇਸ ਰਣਨੀਤੀ ਤਹਿਤ ਕਾਂਗਰਸ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਨਵੀਂ ਟੀਮ ਵਿੱਚ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਸੱਤਾਧਾਰੀ ਧਿਰ ਨਾਲ ਦੋ-ਦੋ ਹੱਥ ਕੀਤੇ ਜਾ ਸਕਣ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ 'ਚ ਛੇਤੀ ਹੀ ਜਥੇਬੰਦਕ ਢਾਂਚੇ 'ਚ ਬਦਲਾਅ ਹੋਵੇਗਾ ਅਤੇ ਇਸ 'ਚ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਹ ਦਾਅਵਾ ਕੀਤਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ। ਉਹਨਾਂ ਨਵੀਂ ਦਿੱਲੀ 'ਚ ਕਿਹਾ ਕਿ ਨਵੀਂ ਟੀਮ ਬਣਾਉਣ ਦਾ ਮਕਸਦ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਅੰਦਰ ਨਵੀਂ ਰੂਹ ਫੂਕਣਾ ਹੈ। ਅਸੀਂ ਜਿਹੜੀ ਲੜਾਈ ਲੜ ਰਹੇ ਹਾਂ, ਅਸੀਂ ਮੁੱਦਿਆਂ 'ਤੇ ਆਧਾਰਿਤ ਲੜਾਈ ਲੜ ਰਹੇ ਹਾਂ। ਸਾਡੀ ਕੋਈ ਜ਼ਾਤੀ ਦੁਸ਼ਮਣੀ ਕਿਸੇ ਨਾਲ ਹੈ ਨਹੀਂ। ਜਿਸ ਕਿਸਮ ਦੇ ਆਰਥਿਕ ਹਾਲਾਤ ਨੇ ਅੱਜ ਪੰਜਾਬ ਦੇ, ਅਸੀਂ ਆਪਣੇ ਪੰਜਾਬੀਆਂ ਨੂੰ ਉਸ ਬਾਰੇ ਜਾਗਰੂਕ ਕਰ ਰਹੇ ਹਾਂ ਕਿ ਪੰਜਾਬ ਜਿਹੜਾ ਇੱਕ ਨੰਬਰ ਦਾ ਸੂਬਾ ਸੀ ਕਿਸੇ ਟਾਈਮ, ਅੱਜ ਉਹ 12ਵੇਂ ਨੰਬਰ 'ਤੇ 22 ਵੱਡੇ ਸੂਬਿਆਂ 'ਚੋਂ 12ਵੇਂ ਨੰਬਰ 'ਤੇ ਜਾ ਚੁੱਕਿਆ ਹੈ। ਆਰਥਿਕ ਹਾਲਾਤ ਇੱਕ ਇਹੋ ਜਿਹੇ ਨੇ ਕਿ ਇੱਥੇ ਆਲਮੋਸਟ ਫਾਈਨੈਂਸ਼ੀਅਲ ਜਿਹੜੀ ਹੈ ਐਮਰਜੈਂਸੀ ਪੰਜਾਬ ਦੇ ਵਿੱਚ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਜ਼ਮੀਨੀ ਪੱਧਰ 'ਤੇ ਪਾਰਟੀ ਵਰਕਰਾਂ ਨੂੰ ਮਿਲ ਕੇ ਕਾਂਗਰਸ ਨੂੰ ਮਜ਼ਬੂਤ ਕਰ ਰਹੇ ਨੇ। ਇਸ ਦੇ ਨਾਲ ਪੰਜਾਬ 'ਚ ਵੱਖ ਵੱਖ ਥਾਵਾਂ 'ਤੇ ਰੈਲੀਆਂ ਕਰਕੇ ਅਕਾਲੀ ਬੀਜੇਪੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਕਾਫੀ ਹੱਦ ਤੱਕ ਨੌਜਵਾਨ, ਕੰਮ ਕਰਨ ਵਾਲੇ, ਪੜ੍ਹੇ ਲਿਖੇ ਅਤੇ ਕ੍ਰੋਸ ਪਾਰਟੀ, ਮੈਂ ਇਹ ਵੇਖਿਆ ਕਿ ਬਹੁਤ ਸਾਰੀਆਂ ਕਮਿਊਨਿਟੀਜ਼ ਨੂੰ ਪਿੱਛੇ ਕਾਂਗਰਸ ਦੇ ਵਿੱਚ ਕੰਮ ਕਰਨ ਦੇ ਵਿੱਚ ਬਾਕਾਇਦਾ ਤੌਰ ਨੁਮਾਇੰਦਗੀ ਪੂਰੀ ਨਹੀਂ ਸੀ ਮਿਲ ਸਕੀ। ਉਹ ਜਿੱਥੇ ਵੀ ਕਮੀ ਪੇਸ਼ੀ ਹੈ ਸੀ, ਉਸ ਨੂੰ ਅਸੀਂ ਪਲੱਗ ਇਨ ਕਰ ਰਹੇ ਹਾਂ। ਬਟ ਮੈਨੂੰ ਇਸ ਗੱਲ ਦੀ ਕਾਫੀ ਟਾਰਸ ਮਿਲੀ ਹੈ ਕਿ ਜਦੋਂ ਤਾਂ ਮੈਂ ਇਹ ਮਾਸ ਕੰਟੈਕਟ ਪ੍ਰੋਗਰਾਮ ਸ਼ੁਰੂ ਕੀਤਾ, ਜਿਹਨੂੰ ਅੱਜ ਤਕਰੀਬਨ 1 ਮਹੀਨੇ ਤੋਂ ਵੱਧ ਹੋ ਗਿਆ, ਅਤੇ ਤਕਰੀਬਨ ਮੈਂ 17 ਅਸੈਂਬਲੀ ਹਲਕੇ ਕਵਰ ਕਰ ਲਏ ਨੇ। ਬਹੁਤ ਹੱਦ ਤੱਕ ਜਿਹੜੇ ਵਰਕਰਸ ਘਰਾਂ 'ਚ ਬੈਠੇ ਸੀ, ਜਿਹੜੇ ਹਤਾਸ਼ਿਤ ਹੋ ਚੁੱਕੇ ਸੀ, ਜਿਹੜੇ ਕਾਫੀ ਹੱਦ ਤੱਕ ਲੜਾਈ ਲੜਨ ਦਾ ਮਨ ਛੱਡ ਚੁੱਕੇ ਸੀ, ਉਹ ਫਿਰ ਇੱਕ ਵਾਰ ਫਿਰ ਕਾਇਮ ਹੋ ਗਏ ਨੇ, ਘਰਾਂ 'ਚੋਂ ਬਾਹਰ ਨਿਕਲ ਆ ਚੁੱਕੇ ਨੇ। ਤੋ ਇਹ ਇੱਕ ਤਾਂ ਹੈ ਆਪਣੇ ਵਰਕਰਸ ਨਾਲ ਤਾਲਮੇਲ ਬਣਾਉਣਾ। ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ 'ਚ 150 ਪੰਜਾਬੀ ਪਰਿਵਾਰਾਂ ਨੂੰ ਜ਼ਮੀਨ ਤੋਂ ਬੇਦਖਲ ਕਰਨ ਦੇ ਮੁੱਦੇ 'ਤੇ ਬਾਜਵਾ ਨੇ ਕਿਹਾ ਕਿ ਜੇਕਰ ਕੋਈ ਉਹਨਾਂ ਕੋਲ ਇਸ ਸੰਬੰਧੀ ਗੱਲ ਕਰੇਗਾ ਤਾਂ ਉਹ ਹਰਿਆਣਾ ਦੇ ਮੁੱਖ ਮੰਤਰੀ ਨਾਲ ਇਹ ਮਸਲਾ ਉਠਾਉਣਗੇ। ਦੇਖੋ, ਸਾਡਾ ਸਟੈਂਡ ਪਾਰਟੀ ਦਾ ਬਿਲਕੁਲ ਕਲੀਅਰ ਹੈ ਦੋਨੋਂ ਜਗ੍ਹਾ 'ਤੇ। ਜਿੱਥੇ ਵੀ ਸਾਡੇ ਕਿਸੇ ਜ਼ਿਮੀਦਾਰ ਵੀਰ ਦੇ ਨਾਲ ਕੋਈ ਧੱਕਾ ਹੋਏਗਾ, ਅਸੀਂ ਉਹਨਾਂ ਜ਼ਿਮੀਦਾਰ ਭਰਾਵਾਂ ਨਾਲ ਖੜ੍ਹੇ ਹੋਵਾਂਗੇ, ਭਾਵੇਂ ਸਾਡੀ ਸਰਕਾਰ ਹੈ ਭਾਵੇਂ ਬਗਾਨੀ ਸਰਕਾਰ ਹੈ। ਬਟ ਮੇਰਾ ਇਹ ਪੱਕਾ ਮੰਨਣਾ ਕਿ ਕਾਂਗਰਸ ਦੀ ਸਰਕਾਰ ਭੁਪਿੰਦਰ ਸਿੰਘ ਹੁੱਡਾ ਜੀ ਦੇ ਥੱਲੇ ਇਸ ਕਿਸਮ ਦਾ ਕੋਈ ਕਦਮ ਨਹੀਂ ਉਠਾ ਸਕਦੀ ਜਿਹੜਾ ਜ਼ਿਮੀਦਾਰ ਵਿਰੋਧੀ ਹੋਏ ਅਤੇ ਜਿਹੜਾ ਪੰਜਾਬੀ ਵਿਰੋਧੀ ਹੋਏ। ਅਜੇ ਤੱਕ ਕੋਈ ਵੀ ਹਰਿਆਣੇ ਦਾ ਇਹੋ ਜਿਹਾ ਸਿੱਖ ਵੀਰ ਕਿਸਾਨ ਸਾਡੇ ਕੋਲ ਨਹੀਂ ਆਇਆ ਜਿਹਨੇ ਸਾਨੂੰ ਇਹ ਗੱਲ ਆ ਕੇ ਅਪਰਾਈਜ਼ ਕੀਤਾ ਹੋਏ ਜਾਂ ਦੱਸਿਆ ਹੋਏ ਕਿ ਸਾਡੇ ਨਾਲ ਕੋਈ ਧੱਕਾ ਹੋਇਆ। ਸਿੱਖਾਂ ਉੱਤੇ ਵਿਦੇਸ਼ਾਂ 'ਚ ਹੁੰਦੇ ਹਮਲਿਆਂ ਬਾਰੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਭਾਰਤ ਸਰਕਾਰ ਨੂੰ ਮਿਲ ਕੇ ਸਿੱਖਾਂ ਦੀ ਪਛਾਣ ਦੇ ਮੁੱਦੇ ਨੂੰ ਹੱਲ ਕਰਨਾ ਚਾਹੀਦਾ ਹੈ। ਇੰਡੀਅਨ ਐਮਬੈਸੀਜ਼ ਇਹਨਾਂ ਦੇਸ਼ਾਂ ਦੇ ਵਿੱਚ ਥੋੜ੍ਹਾ ਜਿਹਾ ਹੋਰ ਪ੍ਰੋਐਕਟਿਵ ਰੋਲ ਕਰਨ, ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਵੀ ਰੋਲ ਕਰਨਗੇ, ਉੱਥੇ ਸਾਡੀ ਸਰਕਾਰ ਵੀ ਉਹਨਾਂ ਨੂੰ ਇਹਦੇ ਵਿੱਚ ਮਦਦਗਾਰ ਸਾਬਤ ਹੋਏ, ਸਾਥ ਦੇਣ, ਇਕੱਠੇ ਹੋ ਕੇ ਅਸੀਂ ਇਹ ਕੰਮ ਕਰ ਸਕੀਏ। ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹਨਾਂ ਦੀ ਨਵੀਂ ਟੀਮ ਪਿਛਲੀ ਟੀਮ ਨਾਲੋਂ ਕਿਤੇ ਵਧੀਆ ਹੋਵੇਗੀ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਟੀਮ ਦੇ ਗਠਨ ਤੋਂ ਬਾਅਦ ਸੱਤਾਧਾਰੀ ਅਕਾਲੀ ਬੀਜੇਪੀ ਸਰਕਾਰ ਨੂੰ ਉਹ ਕਿਵੇਂ ਘੇਰਦੇ ਨੇ। ਦਿੱਲੀ ਤੋਂ ਕੈਮਰਾਮੈਨ ਨਸੀਬ ਸਿੰਘ ਅਤੇ ਪੱਤਰਕਾਰ ਰਸ਼ਪਾਲ ਦਸਕੋਤਰਾ ਦੇ ਨਾਲ ਇੰਦਰਪਾਲ ਸਿੰਘ, ਡੇ ਐਂਡ ਨਾਈਟ ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।